ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੀ ਸੰਗਤ ਦੇ ਮਨ ਚ ਡਰ ਬੈਠ ਗਿਆ, ਕਿਉਂਕਿ ਇੱਥੇ ਹੈਰੀਟੇਜ ਸਟਰੀਟ ਦੇ ਵਿੱਚ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਸੰਗਤਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ। ਦਰਅਸਲ ਹੈਰੀਟੇਜ ਸਟਰੀਟ ਦੇ ਵਿੱਚ ਥਾਂ ਥਾਂ ਤੇ ਆਵਾਰਾ ਕੁੱਤੇ ਨਜ਼ਰ ਆਉਂਦੇ ਨੇ, ਜਿਨ੍ਹਾਂ ਤੋਂ ਡਰ ਵੀ ਲੱਗਦਾ ਹੈ ਕਿਉਂਕਿ ਇਹ ਭੌਂਕਦੇ ਵੀ ਨੇ ਤੇ ਵੱਢਦੇ ਵੀ ਨੇ। ਇਸੇ ਲਈ ਇੱਥੇ ਦੂਰ ਦੁਰਾਡਿਓ ਆਉਂਦੀ ਸੰਗਤ ਜਦੋਂ ਹੈਰੀਟੇਜ ਸਟਰੀਟ ਚੋਂ ਲੰਘਦੀ ਹੈ ਤਾਂ ਉਹਨਾਂ ਨੂੰ ਡਰ ਲੱਗਦਾ ਹੈ। ਦੱਸ ਦਈਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਤੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਤੇ ਹੈਰੀਟੇਜ ਸਟਰੀਟ ਗੁਰਦੁਆਰੇ ਦੇ ਨਾਲ ਹੀ ਹੈ, ਜਿਹਦੇ ਵਿੱਚੋਂ ਲੰਘ ਕੇ ਹੀ ਸੰਗਤ ਗੁਰੂ ਘਰ ਤੱਕ ਪਹੁੰਚਦੀ ਹੈ। ਪਰ ਇਹ ਗੁਰੂ ਘਰ ਤੱਕ ਦਾ ਰਾਹ ਹੁਣ ਔਖਾ ਹੋਣ ਲੱਗ ਗਿਆ, ਕਿਉਂਕਿ ਇਸ ਵਿੱਚ ਆਵਾਰਾ ਕੁੱਤੇ ਆਮ ਨਜ਼ਰ ਆ ਰਹੇ ਨੇ ਤੇ ਥਾਂ ਥਾਂ ਤੇ ਬੈਠੇ ਭਿਖਾਰੀ ਵੀ ਸੰਗਤ ਨੂੰ ਪਰੇਸ਼ਾਨ ਕਰਦੇ ਨੇ, ਜਿਸ ਲਈ SGPC ਦੇ ਮੈਂਬਰਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਏ। ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਰਾਹਾਨੀਆਂ ਦਾ ਕੇਂਦਰ ਹੈ, ਜਿੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਹਵਾਈ ਜਹਾਜ਼ਾਂ ਰਾਹੀਂ, ਰੇਲਾਂ ਰਾਹੀਂ, ਆਪਣੇ ਵਹੀਕਲਾਂ ਰਾਹੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦਿਦਾਰੇ ਕਰਨ ਆ ਰਹੀਆਂ ਹਨ। ਅਤੇ ਜਦੋਂ ਵਿਰਾਸਤੀ ਮਾਰਗ ਜੋ ਪਿਛਲੇ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਰੋੜਾਂ ਰੁਪਈਆ ਲਾ ਕੇ ਸੰਗਤਾਂ ਦੀ ਸਹੂਲਤ ਲਈ ਜਿਹੜੀ ਆ ਬਣਾਇਆ ਗਿਆ ਸੀ, ਉਸ ਵਿਰਾਸਤੀ ਮਾਰਗ ਦੀ ਜਿਹੜੀ ਆ ਦਿਨੋਂ ਦਿਨ ਜਿਹੜੀ ਆ ਦਿੱਖ ਖਰਾਬ ਹੋ ਰਹੀ ਹੈ। ਅਤੇ ਵਿਰਾਸਤੀ ਮਾਰਗ 'ਤੇ ਮੰਗਣ ਵਾਲਿਆਂ ਦੀ ਬਹੁਤ ਵੱਡੇ ਪੱਧਰ 'ਤੇ ਭਰਮਾਰ ਹੈ। ਇਸ ਤੋਂ ਇਲਾਵਾ ਸੰਗਤਾਂ ਜਦੋਂ ਦਰਸ਼ਨ ਦਿਦਾਰੇ ਜਾਣ ਵੇਲੇ ਅਤੇ ਆਉਣ ਵੇਲੇ ਅਵਾਰਾ ਕੁੱਤੇ ਜਿਹੜੇ ਆ ਸੈਂਕੜੇ ਦੀ ਤਾਦਾਦ ਦੇ ਵਿੱਚ ਉੱਥੇ ਜਿਹੜੇ ਆ ਸੰਗਤਾਂ ਨੂੰ ਬਹੁਤ ਪਰੇਸ਼ਾਨ ਕਰਦੇ ਹਨ ਅਤੇ ਰਸਤਿਆਂ ਦੇ ਵਿੱਚ ਜਿਹੜੀ ਆ ਗੰਦਗੀ ਵੀ ਖਿਲਾਰਦੇ ਹਨ। ਅਤੇ ਪਿਛਲੇ ਕਈ ਘਟਨਾ ਜਿਹੜੀਆਂ ਸੰਗਤਾਂ ਦੇ ਨਾਲ ਹੋ ਚੁੱਕੀਆਂ ਹਨ, ਕਈ ਸੰਗਤਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ ਵੀ ਹੈ, ਜਿਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਅਸੀਂ ਸਮਾਜ ਸੁਧਾਰ ਸੰਸਥਾ ਵੱਲੋਂ ਅੰਮ੍ਰਿਤਸਰ ਦੇ DC ਨੂੰ, ਪੁਲਿਸ ਕਮਿਸ਼ਨ ਨੂੰ ਜਿਹੜੀ ਆ ਰਿਟਨ ਦਰਖਾਸਤ ਵੀ ਦਿੱਤੀ ਹੈ ਕਿ ਅਵਾਰਾ ਕੁੱਤਿਆਂ 'ਤੇ ਜਿਹੜੀ ਆ ਅਤੇ ਮੰਗਣ ਵਾਲਿਆਂ 'ਤੇ ਜਿਹੜੀ ਆ ਇਹਨਾਂ 'ਤੇ ਨਕੇਲ ਪਾਈ ਜਾਵੇ, ਤਾਂ ਜੋ ਕਿ ਆਉਣ ਵਾਲੇ ਸਮੇਂ ਜਿਹੜੀ ਆ ਅਵਾਰਾ ਕੁੱਤਿਆਂ ਦੇ ਨਾਲ ਜਿਹੜੀ ਆ ਕੋਈ ਕੱਟਣ ਦੀ ਵਾਰ ਦੇ ਜਿਹੜੀ ਆ ਵੱਡੇ ਪੱਧਰ 'ਤੇ ਨਾ ਹੋ ਸਕੇ। ਪਰ ਜ਼ਿਲ੍ਹਾ ਪ੍ਰਸ਼ਾਸਨ ਅਜੇ ਕੁੰਭਕਰਨੀ ਨੀਂਦੇ ਸੁੱਤਾ ਪਿਆ ਹੈ। ਅਸੀਂ ਅੰਮ੍ਰਿਤਸਰ ਦੇ DC ਸਾਹਿਬ ਨੂੰ ਬੇਨਤੀ ਕਰਦੇ ਹਾਂ, ਪੁਲਿਸ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ 'ਤੇ ਜਿਹੜੇ ਆ ਵਿਰਾਸਤੀ ਮਾਰਗ 'ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਜਿਹੜੀ ਆ ਅਵਾਰਾ ਕੁੱਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਫਿਰਦੇ ਹਨ ਜਾਂ ਗੰਦਗੀ ਖਿਲਾਰਦੇ ਹਨ, ਸੰਗਤਾਂ ਨੂੰ ਕੱਟਦੇ ਹਨ, ਉਹਨਾਂ 'ਤੇ ਜਿਹੜੀ ਆ ਫੌਰਨ ਕਾਰਵਾਈ ਕਰਕੇ ਉਹਨਾਂ ਨੂੰ ਜਿਹੜੀ ਆ ਦੂਜੇ ਜਗ੍ਹਾ 'ਤੇ ਜਿਹੜੀ ਆ ਲਿਜਾਇਆ ਜਾਵੇ, ਤਾਂ ਜੋ ਕਿ ਆਉਣ ਵਾਲੇ ਸ਼ਰਧਾਲੂਆਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ। ਇਸ ਤੋਂ ਇਲਾਵਾ ਮੰਗਣ ਵਾਲਿਆਂ ਦੀ ਵੱਡੇ ਪੱਧਰ 'ਤੇ ਭਰਮਾਰ ਹੈ ਅਤੇ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਜਿਹੜੇ ਵਿਹਲੜ ਲੋਕ ਹਨ, ਨਸ਼ੇੜੀ ਲੋਕ ਹਨ, ਉਹ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੈਠ ਕੇ ਸੰਗਤਾਂ ਦੀ ਚੋਰੀ ਕਰਦੇ ਹਨ ਅਤੇ ਸੰਗਤਾਂ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਹੈ। ਉਹਨਾਂ ਉੱਤੇ ਵੀ ਜਿਹੜੀ ਆ ਪੁਲਿਸ ਸਖ਼ਤ ਤੋਂ ਸਖ਼ਤ ਐਕਸ਼ਨ ਕਰੇ, ਤਾਂ ਜੋ ਕਿ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦਿਦਾਰੇ ਕਰ ਸਕਣ।